ਸ਼ਰਨ ਇਹਨਾਂ ਦਾ ਕਿਰਦਾਰ ਹੈ, ਇਹ ਇਹਨਾਂ ਦੀ ਜ਼ਿੰਦਗੀ 'ਚ ਆਉਂਦੇ ਆ, ਇਹਨਾਂ ਦੀ ਆਪਣੀਆਂ ਕੀ ਮਜਬੂਰੀਆਂ, ਇਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਨੇ, ਪਰ ਉਹ ਸਾਰੇ ਆਪਣੇ ਗਮ ਭੁੱਲ ਕੇ ਜਾਂ ਕੋਈ ਚੀਜ਼ਾਂ ਕੋਈ ਮਤਲਬ ਵੀ ਨਾ ਵਧੀਆ ਘਟਨਾਵਾਂ ਸ਼ਬਦ ਕੀ ਉਹਨੂੰ ਕਹਾਂਗੇ, ਉਹ ਵਾਪਰੀਆਂ ਨੇ, ਪਰ ਉਹ ਸਭ ਭੁੱਲ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੀਏ, ਉਹੀ ਸੰਗਰਾਮ। ਪੰਜਾਬ ਦੇ ਵਿੱਚ ਹੀ ਜ਼ਿਆਦਾ, ਬਠਿੰਡੇ ਇਲਾਕੇ ਦੇ ਵਿੱਚ ਹੋਈ ਹੈ, ਪਰ ਕਈ ਹੋਰ ਲੋਕੇਸ਼ਨ ਦੇ ਵਿੱਚ ਵੀ, ਜ਼ਿਆਦਾ ਪੰਜਾਬ ਦੇ ਵਿੱਚ। ਅੱਜ ਬਹੁਤ ਵਧੀਆ ਦਿਨ ਆ, ਜਿੱਦਾਂ ਗੈਵੀ ਜੀ ਨੇ ਕਿਹਾ ਅੱਜ ਸੰਗਰਾਂਦ ਵੀ ਆ ਔਰ ਸਾਡੀ ਮੂਵੀ ਦਾ ਨਾਮ ਸੰਗਰਾਂਦ, ਔਰ ਪਹਿਲੇ ਦਿਨ ਸਾਡੀ ਪ੍ਰਮੋਸ਼ਨ ਇੱਥੋਂ ਹੋ ਰਹੀ ਹੈ, ਦਰਬਾਰ ਸਾਹਿਬ ਤੋਂ ਹੋ ਰਹੀ ਹੈ, ਜੋ ਕਿ ਵੀ ਆਰ ਬਲੈਸਡ, ਔਰ ਇਹਦੇ ਵਿੱਚ ਕਾਫੀ ਜ਼ਿਆਦਾ ਫਲੇਵਰ, ਐਕਸ਼ਨ ਵੀ ਹੈ, ਰੋਮਾਂਸ ਵੀ ਆ, ਔਰ ਗੈਵੀ ਜੀ ਦੇ ਕਿਰਦਾਰਾਂ ਦੀ ਗੱਲ ਕਰਦੇ, ਤੁਸੀਂ ਜੇ ਟ੍ਰੇਲਰ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਤਿੰਨ ਲੁੱਕਸ ਨੇ ਜੋ ਕਿ ਤਿੰਨੇ ਡਿਫਰੈਂਟ ਕੈਰੈਕਟਰ ਰਿਪ੍ਰਜੈਂਟ ਕਰਦੀਆਂ ਨੇ, ਅਤੇ ਜਦੋਂ ਤੁਸੀਂ 22 ਮਾਰਚ ਨੂੰ ਥੀਏਟਰਸ ਵਿੱਚ ਜਾਓਗੇ ਪੂਰੀ ਸਟੋਰੀ ਤੁਹਾਨੂੰ ਪਤਾ ਲੱਗ ਜਾਏ। ਸੋ ਮੈਂ ਆਡੀਅੰਸ ਅੱਗੇ ਰਿਕੁਐਸਟ ਕਰੂੰਗੀ, ਸੋ ਪਲੀਜ਼ ਤੁਸੀਂ ਆਪਣੇ 22 ਮਾਰਚ ਨੂੰ ਨੀਅਰੈਸਟ ਥੀਏਟਰ 'ਚ ਸੰਗਰਾਂਦ ਦੇਖਣ ਜ਼ਰੂਰ ਜਾਓ। ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਹਾਂ, ਮੈਂ ਰੀਅਲ 'ਚ ਇੱਦਾਂ ਹੈ ਨਹੀਂ, ਬਿਕੋਜ਼ ਮੈਂ ਕਦੀ ਡਰੀ ਨਹੀਂ ਕਿਸੇ ਚੀਜ਼ ਤੋਂ, ਮੈਂ ਕਦੀ ਸ਼ਾਈ ਨਹੀਂ ਹੋਈ, ਬਸ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ, ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬਲੈਸ ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ, ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ, ਸੋ ਇਹ ਤੁਹਾਨੂੰ 22 ਮਾਰਚ ਨੂੰ ਬਾਕੀ ਡਿਟੇਲ ਮਿਲੂਗੀ। ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ, ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾ ਅਗਰ ਟ੍ਰੇਲਰ 'ਤੇ, ਅਸੀਂ ਇਹ ਪਰਿਵਾਰਿਕ ਫੈਮਿਲੀ ਮੂਵੀ ਆ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ, ਚੀਜ਼ਾਂ ਦੀ ਜੋ ਦੌੜ ਚੱਲ ਰਹੀ ਆ ਉਹਦੇ ਵਿੱਚ ਉਤਾਰ ਚੜ੍ਹਾਅ ਜੋ ਆਉਂਦੇ ਆ ਉਹਦੇ ਬੇਸ ਦੇ ਉੱਤੇ ਆ, ਅਤੇ ਮੈਨੂੰ ਲੱਗਦਾ ਆਡੀਅੰਸ ਸਾਡੀ ਬਹੁਤ ਇੰਟਰਟੇਨ ਹੋ। ਅਰਦਾਸ ਕੀਤੀ ਆ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਂਦ ਨੂੰ ਕਾਮਯਾਬ ਕਰੇ, ਔਰ ਜਿਹਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅੰਸ ਨੂੰ ਹੋਰ ਜ਼ਿਆਦਾ ਇੰਟਰਟੇਨ ਕਰੀਏ, ਸੋ ਬਸ ਵਾਹਿਗੁਰੂ ਅੱਗੇ ਹੀ ਅਰਦਾਸ। ਹਾਂਜੀ ਹਾਂਜੀ, ਤਾਂਹੀਓ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ, ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਹਾਂ ਕਿ ਸਾਨੂੰ ਅਜੇ ਮੌਕਾ ਮਿਲਿਆ ਵਾਹਿਗੁਰੂ ਦੀ ਧਰਤੀ 'ਤੇ ਪੈਰ ਪਾਉਣ।